ਹਾਂਜੀ ਇਸ ਚੈਨਲ ਤੇ ਤੁਸੀਂ ਬਿਲਕੁਲ ਫ੍ਰੀ ਕਰ ਸਕਦੇ ਹੋ ਪੀਐਸਟੈਟ ਜਾਂ ਸੀਟੈਟ ਦੇ ਐਗਜ਼ਾਮ ਦੀ ਤਿਆਰੀ ਸੋ ਇਸ YouTube ਚੈਨਲ ਦਾ ਨਾਮ ਹੈ ਜਿਸ ਸਾਇੰਟੀਆ ਬਾਈ ਅਮਨ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਸੋ ਇਸ ਚੈਨਲ ਦੇ ਉੱਪਰ ਅਗਰ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਈਕੋਲੋਜੀ ਦੀ ਭਾਗ ਸੀਡੀਪੀ ਦੀ ਸੋ ਸੀਡੀਪੀ ਦਾ ਕੰਪਲੀਟ ਕੋਰਸ ਜਿਹੜਾ ਹੈਗਾ ਉਹ ਕਰਵਾ ਦਿੱਤਾ ਗਿਆ ਜਿਵੇਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸੋ so, ਟੋਟਲ 39 ਵੀਡੀਓ ਸੀਡੀਪੀ ਦੀਆਂ ਹੁਣ ਤੱਕ ਹੋ ਚੁੱਕੀਆਂ ਨੇ ਇਹਨਾਂ 39 ਵੀਡੀਓਜ਼ ਦੇ ਵਿੱਚ 38 ਜੋ ਵੀਡੀਓਜ਼ ਨੇ 38 ਵੀਡੀਓ ਦੇ ਵਿੱਚ ਜੋ ਥਿਊਰੀ ਹੈ ਸੀਡੀਪੀ ਦੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੀ ਉਹ ਕਰਵਾਈ ਗਈ ਹੈ ਅਤੇ ਜੋ ਲਾਸਟ ਵੀਡੀਓ ਹੈ ਜੋ ਕਿ ਰੀਸੈਂਟਲੀ ਹੀ ਅਪਲੋਡ ਹੋਈ ਹੈ ਉਹ ਹੈਗੀ ਹੈ ਜੀ ਐਮਸੀਕਿਊ ਦੇ ਉੱਪਰ ਸੋ ਬਿਲਕੁਲ نیچے ਅਗਰ ਅਗਰ ਅਸੀਂ ਆ ਕੇ ਦੇਖਦੇ ਹਾਂ ਤਾਂ ਬਿਲਕੁਲ ਲਾਸਟ ਵੀਡੀਓ 39th ਜੋ ਪਾਰਟ ਹੈਗਾ ਉਹਦੇ ਵਿੱਚ MCQ ਦਾ ਜੋ ਕੋਰਸ ਹੈ ਉਹ ਸਟਾਰਟ ਹੋ ਚੁੱਕਾਗਾ ਸੋ ਹੁਣ ਥਿਉਰੀ ਨੂੰ ਕੰਪਲੀਟ ਕਰਨ ਤੋਂ ਬਾਅਦ MCQ ਦੀ ਟੌਪਿਕ ਵਾਈਜ਼ ਜਿਹੜੀ ਹੈਗੀ ਆ ਪ੍ਰੀਵੀਅਸ ਇਅਰ ਐਗਜ਼ਾਮ ਦੇ ਜੋ MCQ ਨੇ ਚਾਹੇ ਪੀਐਸਟ ਦਾ ਪੇਪਰ ਹੋਵੇ ਚਾਹੇ ਸੀਟੈਟ ਦਾ ਹੋਵੇ ਉਹਦੀ ਡਿਸਕਸ਼ਨ ਕੀਤੀ ਜਾਏਗੀ ਇਸ ਤੋਂ ਲਾਬਾ ਆਪਾਂ ਦੂਸਰੀਆਂ ਪਲੇਲਿਸਟ ਅਗਰ ਦੇਖੀਏ ਤਾਂ ਦੂਸਰੀਆਂ ਪਲੇਲਿਸਟ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਸਾਰੀਆਂ ਪਲੇਲਿਸਟ ਬਣੀਆਂ ਹੋਈਆਂ ਨੇ ਸੋ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤੁਸੀਂ ਮੈਥਮੈਟਿਕਸ ਜੋ ਪੇਪਰ 1 ਦੀ ਸਟੂਡੈਂਟ ਮੈਥ ਦੀ ਤਿਆਰੀ ਕਰ ਰਹੇ ਨੇ ਸੋ ਉਹਦੇ ਲਈ ਤੁਸੀਂ ਇੱਥੇ ਦੇਖ ਸਕਦੇ ਹੋ ਨੌ ਵੀਡੀਓਜ਼ ਹੁਣ ਤੱਕ ਹੋ ਚੁੱਕੀਆਂ ਨੇ ਮੈਥਮੈਟਿਕਸ ਦਾ ਪੋਰਸ਼ਨ ਆਪਣਾ ਕੰਟੀਨਿਊ ਹੈ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਪੋਰਸ਼ਨ ਇੰਗਲਿਸ਼ ਪੈਡਾਗੋਜੀ ਕਿਉਂਕਿ ਬਹੁਤ ਹੀ ਅ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਤੁਹਾਡਾ ਪੀ ਸਟੇਟ ਜਾਂ ਸੀਟੈਟ ਦੇ ਵਿੱਚੋਂ ਅਗਰ ਤੁਸੀਂ 100 ਪਲੱਸ ਸਕੋਰ ਚਾਹੁੰਦੇ ਹੋ ਤਾਂ ਜੋ ਚਾਈਲਡ ਇੰਗਲਿਸ਼ ਪੈਡਾਗੋਜੀ ਦੇ 15 ਨੰਬਰ ਮੰਨ ਕੇ ਚੱਲੋ ਪੇਪਰ 2 ਲਈ ਅਤੇ 12 ਤੋਂ 13 ਮੰਨ ਕੇ ਚੱਲੋ ਪੇਪਰ 1 ਲਈ ਸੋ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੰਗਲਿਸ਼ ਪੈਡਾਗੋਜੀ ਸੋ ਦੀਆਂ 7 ਵੀਡੀਓਜ਼ ਆਪਣੀਆਂ ਹੋ ਚੁੱਕੀਆਂ ਨੇ 10 ਵੀਡੀਓਜ਼ ਦੇ ਵਿੱਚੋਂ ਕੋਰਸ ਕੰਪਲੀਟ ਹੋ ਜਾਏਗਾ ਇਸ ਤੋਂ ਬਾਅਦ ਐਮਸੀਕਿਊ ਸੀਡੀਪੀ ਦੀ ਉ ਤਰ੍ਹਾਂ ਹੀ ਚੱਲਣਗੇ ਇਹਦੇ ਉੱਪਰ ਇਸ ਤੋਂ ਇਲਾਵਾ ਆਪਾਂ ਅੱਗੇ ਗੱਲ ਕਰਾਂਗੇ ਜੀ ਸਾਈਕੋਲੋਜੀ ਪਾਪ ਸੀਡੀਪੀ ਦੀਆਂ ਕੁਝ ਪੁਰਾਣੇ ਸਾਲਾਂ ਦੇ ਪੇਪਰ ਜਿਹੜੇ ਹੈਗੇ ਨੇ ਸੋਲਵ ਕੀਤੇ ਗਏ ਨੇ ਇਸ ਤੋਂ ਬਾਅਦ ਈਵੀਐਸ ਸੋ ਈਵੀਐਸ ਵੀ ਆਪਣੀ ਕੰਟੀਨਿਊ ਹੈ 10 ਵੀਡੀਓ ਹੁਣ ਤੱਕ ਹੋ ਚੁੱਕੀਆਂ ਨੇ ਈਵੀਐਸ ਦੀਆਂ ਜੋ EVRS ਅਤੇ math ਹੁਣ ਆਪਣਾ ਕੰਟੀਨਿਊ ਹੈ ਲਗਾਤਾਰ ਸੋ ਇਹ ਸੀਗੀ ਥੋੜੀ ਜਿਹੀ ਜਾਣਕਾਰੀ ਅਤੇ ਸਭ ਤੋਂ ਇੰਪੋਰਟੈਂਟ ਗੱਲ ਕਿ ਸਾਰੀਆਂ ਵੀਡੀਓ ਤੁਹਾਡੇ ਲਈ ਬਿਲਕੁਲ ਫ੍ਰੀ ਆਫ ਕਾਸਟ ਨੇ ਬਿਲਕੁਲ ਫ੍ਰੀ ਐਜੂਕੇਸ਼ਨ ਜਿਹੜੀ ਹੈਗੀ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਇਸ ਚੈਨਲ ਦੇ ਉੱਪਰ ਇਸ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਵੀ ਲੇਟੈਸਟ ਅਪਡੇਟ ਕਿਸੇ ਵੀ ਬਾਰੇ ਚਾਹੀਦਾ ਹੋਵੇ ਚਾਹੇ PSTET ਬਾਰੇ ਚਾਹੇ Master Cadre ਬਾਰੇ ਚਾਹੇ CTET ਬਾਰੇ ਚਾਹੇ ਹੋਰ ਕਿਸੇ ਵੀ ਮਤਲਬ ਜੋ ਵੀ ਐਜੂਕੇਸ਼ਨ ਨਾਲ ਰਿਲੇਟਡ ਨਿਊਜ਼ ਹੈ ਤੋ ਉਹ ਵੀ ਇੱਥੇ ਜੋ ਲੇਟੈਸਟ ਅਪਡੇਟ ਹੈ ਉਹ ਵੀ ਇੱਥੇ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਸੋ ਅਗਰ ਕੋਈ ਪਹਿਲੀ ਵਾਰ ਚੈਨਲ ਤੇ ਇਹ ਵੀਡੀਓ ਵੇਖ ਰਿਹਾ ਤਾਂ ਜਰੂਰ ਇੱਕ ਵਾਰ ਜਾ ਕੇ ਸਾਰੀਆਂ ਵੀਡੀਓਜ਼ ਵਾਚ ਕਰੋ 100% ਮੇਰੀ ਗਾਰੰਟੀ ਹੈ ਕਿ ਤੁਹਾਨੂੰ ਸਾਰੀਆਂ ਵੀਡੀਓਜ਼ ਵਧੀਆ ਲੱਗਣਗੀਆਂ ਤੇ ਤੁਸੀਂ ਜਿਹੜਾ ਹੈਗਾ ਕੋਰਸ ਨੂੰ ਜਿਹੜਾ ਆਪਣੇ ਨੂੰ ਕੰਪਲੀਟ ਕਰੋਗੇ ਸੋ ਏਸੀ ਥੋੜੀ ਜੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਐਂਡ ਵੱਧ ਤੋਂ ਵੱਧ ਲਾਸਟ ਵਿੱਚ ਇੱਕ ਗੱਲ ਜਰੂਰ ਕਹਾਂਗਾ ਇਸ ਫ੍ਰੀ ਐਜੂਕੇਸ਼ਨ ਨੂੰ ਵੱਧ ਤੋਂ ਵੱਧ ਆਪਣੇ ਸਾਥੀਆਂ ਤੱਕ ਲੋਡ ਬੰਦ ਸਟੂਡੈਂਟ ਜਿਹੜੇ ਹੈਗੇ ਨੇ ਜੋ ਕਿ ਜ਼ਿਆਦਾ ਆ ਜਿਹੜਾ ਹੈਗਾ ਕੋਰਸ ਜਿਹੜਾ ਹੈਗਾ ਉਹ ਅਫੋਰਡ ਨਹੀਂ ਕਰ ਸਕਦੇ ਕੋਰਸ ਨਹੀਂ ਲੈ ਸਕਦੇ ਤਾਂ ਉਹ ਇਹ ਫ੍ਰੀ এডੂਕੇਸ਼ਨ ਦਾ ਲਾਹਾ ਲੈ ਸਕਣ ਅਤੇ ਮੈਨੂੰ ਖੁਸ਼ੀ ਹੋਏਗੀ ਅਗਰ ਇਹ ਆਲ ਨੇ ਬਿਲਕੁਲ ਫ੍ਰੀ ਵੀਡੀਓਜ਼ ਤੁਹਾਡਿਆ ਪੀਐਸਟੈਟ ਦਾ ਪੇਪਰ ਚਾਹੇ ਸੀਟੈਟ ਦਾ ਪੇਪਰ ਚਾਹੇ ਐਚਟੈਟ ਦਾ ਪੇਪਰ ਅਗਰ ਤੁਸੀਂ ਇਹਨਾਂ ਦੀ ਮਦਦ ਦੇ ਨਾਲ ਕਲੀਅਰ ਕਰਦੇ ਹੋ ਤਾਂ ਇਹ ਮੇਰੇ ਲਈ ਮਤਲਬ ਮੈਨੂੰ ਕਾਫੀ ਖੁਸ਼ੀ ਹੋਏਗੀ ਇਸ ਗੱਲ ਦੀ ਸੋ ਦੈਟਸ ਆਲ ਫॉर ਟੂਡੇ ਛੋਟੀ ਜਿਹੀ ਵੀਡੀਓ ਸੀ ਇਹ ਅ ਲੇਟੈਸਟ ਅਪਡੇਟ ਲਈ ਸੋ ਥੈਂਕ ਯੂ ਜੀ ਥੈਂਕ ਯੂ so much for watching